ਅੱਜ ਮੈਂ ਵੇਖਾਂਗਾ ਡੇਰਾ ਬਾਬਾ ਨਾਨਕ ਹਲਕੇ 'ਚ ਅਕਾਲੀ ਦਲ ਦਾ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ। ਅੱਜ ਮੈਂ ਵੇਖਾਂਗਾ ਡੇਰਾ ਬਾਬਾ ਨਾਨਕ ਹਲਕੇ 'ਚ ਅਕਾਲੀ ਦਲ ਦਾ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ। ਮੈਂ 2 ਸਾਲ ਤਾਂ ਨਹੀਂ ਕਿਸੇ ਨੂੰ ਕੁਛ ਵੀ ਕਿਹਾ, ਪਰ ਇੱਕ ਗੱਲ ਸੁਣ ਲਓ, ਜਾਂਚ ਮੈਨੂੰ ਸਾਰੀ ਆ ਸਾਰੇ ਕੰਮ ਕਰਨ ਦੀ, ਫਿਰ ਮੈਨੂੰ ਕੋਈ ਜਿੰਨਾ ਮਰਜ਼ੀ ਮਾੜਾ ਚੰਗਾ ਕਹੇ ਕਿ ਉਹਨੇ ਬੜਾ ਧੱਕਾ ਕਰਾਇਆ, ਫਿਰ ਮੈਂ ਉਹਨੂੰ ਕਰਕੇ ਵਿਖਾਊਂਗਾ ਜਿਹੜਾ ਉਹਨੇ ਅੱਜ ਤੱਕ ਸਮਾਣਾ ਦੇਖਿਆ ਹੋਇਆ ਉਹ ਕਰਕੇ ਵਿਖਾਊਂਗਾ। ਤਾਂ ਹੀ ਮੈਂ ਬੋਲਣ ਡਿਆ ਨਾ, ਲਾਈਵ ਚਲਾਉਣ ਡਿਆ ਮੈਂ ਤਾਂ ਬੋਲਣ ਡਿਆ ਕਿ ਉਹ ਜਿਹੜਾ ਘਰਾਂ ਚ ਬੈਠੇ ਉਹਨੇ ਸੁਣਨਾ ਨਹੀਂ ਗੱਲ। ਸਰਦਾਰ ਸਾਹਿਬ, ਮੈਂ ਆਪ ਨਹੀਂ ਕਹਿੰਦਾ ਕਿ ਜਿਹੜੀ ਭੱਜ ਗਈ ਨਾ ਮੈਨੂੰ 2022 ਚ ਪਾਈ ਆ, ਸਮਾਂ ਆ ਗਿਆ। ਅੱਜ ਮੈਂ ਵੇਖਾਂਗਾ ਡੇਰਾ ਬਾਬਾ ਨਾਨਕ ਹਲਕੇ 'ਚ ਅਕਾਲੀ ਦਲ ਦਾ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ। ਅੱਜ ਮੈਂ ਵੇਖਾਂਗਾ ਡੇਰਾ ਬਾਬਾ ਨਾਨਕ ਹਲਕੇ 'ਚ ਅਕਾਲੀ ਦਲ ਦਾ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ। ਮੈਂ 2 ਸਾਲ ਤਾਂ ਨਹੀਂ ਕਿਸੇ ਨੂੰ ਕੁਛ ਵੀ ਕਿਹਾ, ਪਰ ਇੱਕ ਗੱਲ ਸੁਣ ਲਓ, ਜਾਂਚ ਮੈਨੂੰ ਸਾਰੀ ਆ ਸਾਰੇ ਕੰਮ ਕਰਨ ਦੀ, ਫਿਰ ਮੈਨੂੰ ਕੋਈ ਜਿੰਨਾ ਮਰਜ਼ੀ ਮਾੜਾ ਚੰਗਾ ਕਹੇ ਕਿ ਉਹਨੇ ਬੜਾ ਧੱਕਾ ਕਰਾਇਆ, ਫਿਰ ਮੈਂ ਉਹਨੂੰ ਕਰਕੇ ਵਿਖਾਊਂਗਾ ਜਿਹੜਾ ਉਹਨੇ ਅੱਜ ਤੱਕ ਸਮਾਣਾ ਦੇਖਿਆ ਹੋਇਆ ਉਹ ਕਰਕੇ ਵਿਖਾਊਂਗਾ। ਤਾਂ ਹੀ ਮੈਂ ਬੋਲਣ ਡਿਆ ਨਾ, ਲਾਈਵ ਚਲਾਉਣ ਡਿਆ ਮੈਂ ਤਾਂ ਬੋਲਣ ਡਿਆ ਕਿ ਉਹ ਜਿਹੜਾ ਘਰਾਂ ਚ ਬੈਠੇ ਉਹਨੇ ਸੁਣਨਾ ਨਹੀਂ ਗੱਲ। ਸਰਦਾਰ ਸਾਹਿਬ, ਮੈਂ ਆਪ ਨਹੀਂ ਕਹਿੰਦਾ ਕਿ ਜਿਹੜੀ ਭੱਜ ਗਈ ਨਾ ਮੈਨੂੰ 2022 ਚ ਪਾਈ ਆ, ਸਮਾਂ ਆ ਗਿਆ। ਗੱਲ ਕਰ ਲੱਗਾ, ਅੱਜ ਮੈਂ ਵੇਖਾਂਗਾ ਡੇਰਾ ਬਾਬਾ ਨਾਨਕ ਹਲਕੇ 'ਚ ਅਕਾਲੀ ਦਲ ਦਾ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ। ਅੱਜ ਮੈਂ ਵੇਖਾਂਗਾ ਡੇਰਾ ਬਾਬਾ ਨਾਨਕ ਹਲਕੇ 'ਚ ਅਕਾਲੀ ਦਲ ਦਾ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ। ਪਰ ਇੱਕ ਗੱਲ ਸੁਣ ਲਓ, ਜਾਂਚ ਮੈਨੂੰ ਸਾਰੀ ਆ ਸਾਰੇ ਕੰਮ ਕਰਨ ਦੀ, ਫਿਰ ਮੈਨੂੰ ਕੋਈ ਜਿੰਨਾ ਮਰਜ਼ੀ ਮਾੜਾ ਚੰਗਾ ਕਹੇ ਕਿ ਉਹਨੇ ਬੜਾ ਧੱਕਾ ਕਰਾਇਆ, ਫਿਰ ਮੈਂ ਉਹਨੂੰ ਕਰਕੇ ਵਿਖਾਊਂਗਾ ਜਿਹੜਾ ਉਹਨੇ ਅੱਜ ਤੱਕ ਸਮਾਣਾ ਦੇਖਿਆ ਹੋਇਆ ਉਹ ਕਰਕੇ ਵਿਖਾਊਂਗਾ। ਤਾਂ ਹੀ ਮੈਂ ਬੋਲਣ ਡਿਆ ਨਾ, ਲਾਈਵ ਚਲਾਉਣ ਡਿਆ ਮੈਂ ਤਾਂ ਬੋਲਣ ਡਿਆ ਕਿ ਉਹ ਜਿਹੜਾ ਘਰਾਂ ਚ ਬੈਠੇ ਉਹਨੇ ਸੁਣਨਾ ਨਹੀਂ ਗੱਲ। ਸਰਦਾਰ ਸਾਹਿਬ, ਮੈਂ ਆਪ ਨਹੀਂ ਕਹਿੰਦਾ ਕਿ ਜਿਹੜੀ ਭੱਜ ਗਈ ਨਾ ਮੈਨੂੰ 2022 ਚ ਪਾਈ ਆ, ਸਮਾਂ ਆ ਗਿਆ। ਗੱਲ ਕਰ ਲੱਗਾ, ਅੱਜ ਮੈਂ ਵੇਖਾਂਗਾ ਡੇਰਾ ਬਾਬਾ ਨਾਨਕ ਹਲਕੇ 'ਚ ਅਕਾਲੀ ਦਲ ਦਾ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ। ਅੱਜ ਮੈਂ ਵੇਖਾਂਗਾ ਡੇਰਾ ਬਾਬਾ ਨਾਨਕ ਹਲਕੇ 'ਚ ਅਕਾਲੀ ਦਲ ਦਾ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ। ਪਰ ਇੱਕ ਗੱਲ ਸੁਣ ਲਓ, ਜਾਂਚ ਮੈਨੂੰ ਸਾਰੀ ਆ ਸਾਰੇ ਕੰਮ ਕਰਨ ਦੀ, ਫਿਰ ਮੈਨੂੰ ਕੋਈ ਜਿੰਨਾ ਮਰਜ਼ੀ ਮਾੜਾ ਚੰਗਾ ਕਹੇ ਕਿ ਉਹਨੇ ਬੜਾ ਧੱਕਾ ਕਰਾਇਆ, ਫਿਰ ਮੈਂ ਉਹਨੂੰ ਕਰਕੇ ਵਿਖਾਊਂਗਾ ਜਿਹੜਾ ਉਹਨੇ ਅੱਜ ਤੱਕ ਸਮਾਣਾ ਦੇ।
ਕਹਿੰਦਾ ਕਿ ਜਿਹੜੀ ਭੱਜ ਲੈਂਦਾ ਮੈਨੂੰ 2200 2022 ਚ ਪਾਈ ਆ ਸਮਾਂ